Like the video, subscribe to the channel and press the bell icon for latest video update. दोस्तों अजकल थानू पता हैगा लॉकडाउन चल रहा हैगा सारे डेढ़ दो महीने तो लोकी अपने कमरे विच बंद हैगे घरां विच बंद हैगे सेफ्टी दी जरूरत भी बहुत हैगी है पर हर एक ने अपने अपने तरीके नाल क्रिएटिवली बिजी रखिया हैगा एक बहुत ही नोवल आइडिया अज मैनू देखने नू मिलिया हैगा वो हैगा ऑनलाइन डॉग शो ये सारा ऑर्गेनाइज किया हैगा जलंधर दे बहुत पॉपुलर वेटररी डॉक्टर जो कि डॉग इन्हों का अपना क्लीनिक हैगा मॉडल टाउन के डॉक्टर एस एस भट्टी साहब भट्टी साहब साढ़े प्रोग्राम में बहुत बहुत स्वागत है थोड़ा भारत जी थोड़ा बहुत बहुत धन्यवाद तुसी अज मैनू अपने टीवी ते बुलाया हैगा ते नाल जिहड़े तुहाडे व्यूअर मोदी जी का भी अपना यही है विचार हैगा भी तुसी ज्यादा काम डिजिटल ऑनलाइन करो सारे जिन्हें ब्रीडर सी जिन्हें ਉਹ ਸਾਰੇ ਘਰਾਂ ਚ ਬੰਦ ਸੀ ਟੈਲੀਫੋਨ ਕਰਦੇ ਸੀ ਇੱਕ ਦੂਜੇ ਨੂੰ ਟਾਈਮ ਪਾਸ ਨਹੀਂ ਸੀ ਹੁੰਦਾ ਤੇ ਅਸੀਂ ਸੋਚਿਆ ਵੀ ਸਾਰਿਆਂ ਨੂੰ ਅਸੀਂ ਜਿਹੜੇ ਅਸੀਂ ਪੈਟ ਲਵਰ ਐਸੋਸੀਏਸ਼ਨ ਬਣਾਈ ਆ ਪੰਜਾਬ ਦੀ ਉਹਦੇ ਚ ਜਿਹੜੇ ਮੈਂਬਰਸ ਨੇ ਦੂਸਰੀਆਂ ਸਟੇਟ ਤੋਂ ਵੀ ਹੈਗੇ ਆ ਹਿਮਾਚਲ ਹਰਿਆਣੇ ਦਿੱਲੀ ਹਾਂ ਮੈਂ ਹਿਮਾਚਲ ਤੋਂ ਦੇਖਿਆ ਸੀ ਹਿਮਾਚਲ ਤੋਂ ਵੀ ਕਾਫੀ ਮੈਂਬਰ ਆ ਤੁਹਾਡੇ ਹਾਂਜੀ ਹਾਂਜੀ ਤੇ ਅਸੀਂ ਸੋਚਿਆ ਵੀ ਉਹਨਾਂ ਨੂੰ ਅਸੀਂ ਕਿੱਦਾਂ ਕੋਈ ਥੋੜਾ ਜਿਹਾ ਸ਼ਾਮ ਨੂੰ ਟਾਈਮ ਪਾਸ ਹੋ ਜਾਏ ਸਾਰਾ ਦਿਨ ਦਾ ਇੱਕ ਦੂਜੇ ਨਾਲ ਗੱਲ ਹੋ ਜਾਏ ਤੇ ਕਿੱਦਾਂ ਅਸੀਂ ਇਹਨੂੰ ਕਰ ਸਕਦੇ ਹਾਂ ਅਸੀਂ ਇੱਕ ਵਟਸਐਪ ਗਰੁੱਪ ਬਣਾਇਆ ਹੈਗਾ ਉਹਦੇ ਚ ਅਸੀਂ ਐਂਟਰੀਜ਼ ਲੈ ਲੈਂਦੇ ਹਾਂ ਹਰ ਹਫ਼ਤੇ ਜਿੱਦਾਂ ਮਤਲਬ ਮੰਡੇ ਤੋਂ ਸਟਾਰਟ ਕਰਦੇ ਹਾਂ ਦੋ ਡੌਗ ਦੀ ਐਂਟਰੀ ਲੈ ਲੈਂਦੇ ਅੱਛਾ ਵੀਕਲੀ ਕਰਦੇ ਹੋ ਅੱਜ ਕੱਲ ਨਹੀਂ ਦੋ ਹਰ ਰੋਜ਼ ਕਰਦੇ ਹਾਂ ਦੋ ਡੌਗ ਦੀ ਤੇ ਜਿਹੜੇ ਡੌਗ ਹਰ ਰੋਜ਼ ਅੱਛਾ ਹਰ ਰੋਜ਼ ਦੋ ਡੌਗ ਦੀ ਅੱਛਾ ਅੱਛਾ ਜਿਹੜਾ ਉਹਨਾਂ ਤੋਂ ਜਿੱਤ ਜਾਂਦੇ ਨੇ ਜਦੋਂ ਚਾਰ ਜਾਂ ਪੰਜ ਹੋ ਜਾਂਦੇ ਨੇ ਛੇ ਹੋ ਜਾਂਦੇ ਨੇ ਉਹਨਾਂ ਦਾ ਫਿਰ ਅਸੀਂ ਵੀਕਐਂਡ ਤੇ ਇੱਕ ਵੱਡਾ ਕੰਪੀਟੀਸ਼ਨ ਕਰਾਣੇ ਹੈਗੇ ਆ ਅੱਛਾ ਅੱਛਾ ਹਾਂਜੀ 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 ਪਹਿਲਾਂ ਮਤਲਬ ਡੇ ਟੂ ਡੇ ਕਰਾਣੇ ਆ ਦੋ ਦੋ ਡੌਗ ਦਾ ਫਿਰ ਜਿਹੜੇ ਵਿਨਰ ਹੁੰਦੇ ਨੇ ਉਹਨਾਂ ਦਾ ਸੈਟਰਡੇ ਨੂੰ ਕਰਾਣੇ ਆ ਅਸੀਂ ਅੱਛਾ ਅੱਛਾ ਜਿਹੜੇ ਦਾ ਵਿਨਰ ਹੁੰਦੇ ਉਹ ਵੱਡੇ ਲੈਵਲ ਦਾ ਸੈਟਰਡੇ ਨੂੰ ਕਰਾ ਦਿੰਦੇ ਉਹਦੇ ਚ ਭਾਰਤ ਜੀ ਬੜਾ ਨੋਵਲ ਜਿਹਾ ਆਈਡੀਆ ਹੈਗਾ ਵੀ ਉਹਦੇ ਚ ਅਸੀਂ ਵਟਸਐਪ ਤੇ ਹੀ ਉਹਨਾਂ ਤੋਂ ਜਿੱਦਾਂ ਏ ਬੀ ਸੀ ਡੀ ਐਫ ਹੋ ਜਾਂਦਾ ਜਾਂ ਏ ਬੀ ਸੀ ਡੀ ਹੋ ਜਾਂਦਾ ਉਹਨਾਂ ਨੇ ਵੋਟਿੰਗ ਕਰਨੀ ਹਰ ਮੈਂਬਰ ਨੇ ਅੱਛਾ ਮੈਂ ਮਤਲਬ ਜੱਜਮੈਂਟ ਲਈ ਮੈਂਬਰ ਵੋਟਿੰਗ ਕਰਦੇ ਆ ਵੀ ਕਿਹਦੀ ਪਰਫਾਰਮੈਂਸ ਸੀ ਕਿੰਨਾ ਕੋ ਡੌਗ ਟ੍ਰੇਨਡ ਆ ਮੈਂਬਰਸ ਨੇ ਵੋਟ ਪਾਣੀ ਆ ਉਹਦੇ ਚ ਕੋਈ ਜੱਜਿਸ ਨਹੀਂ ਹੈਗੇ ਜਿਸ ਤਰ੍ਹਾਂ ਕੋਈ ਮੈਂਬਰ ਨੂੰ ਏ ਡੌਗ ਪਸੰਦ ਆ ਕਿਸੇ ਨੂੰ ਬੀ ਪਸੰਦ ਆ ਉਹ ਵਟਸਐਪ ਤੇ ਲਿਖ ਕੇ ਭੇਜ ਦਿੰਦਾ ਸੀ ਵੀ ਮੈਨੂੰ ਏ ਪਸੰਦ ਆ ਹਾਂਜੀ ਹਾਂਜੀ ਆਨਲਾਈਨ ਆਨਲਾਈਨ ਹੀ ਵੋਟਿੰਗ ਹੁੰਦੀ ਆ ਬੜੀ ਇੰਟਰਸਟਿੰਗ ਹੈਗੀ ਆ ਤੇ ਜਿਸ ਤਰ੍ਹਾਂ ਅਸੀਂ ਟਾਈਮ ਰੱਖਦੇ ਹਾਂ 8:30 ਤੋਂ 9 ਵਜੇ 9:30 ਵਜੇ ਤੱਕ ਅਸੀਂ ਪੂਰੇ 9:30 ਵਜੇ ਲੌਕ ਕਰ ਦਿੰਦੇ ਹਾਂ ਵੀ ਕੋਈ ਮੈਸੇਜ ਨਹੀਂ ਆਏਗਾ 8:30 ਵਜੇ ਸਟਾਰਟ ਹੋਈ 1 ਘੰਟੇ ਦੀ ਵੋਟਿੰਗ ਆ ਸਾਰੇ ਬੰਦੇ ਆਪਣੀ ਆਪਣੀ ਵੋਟਿੰਗ ਕਰਦੇ ਆ ਕੋਈ ਦੇਖੋ ਇੱਕ ਤੇ ਫੇਅਰ ਆ ਹਰ ਮੈਂਬਰ ਨੇ ਆਪਣੀ ਪਸੰਦ ਦੀ ਵੋਟਿੰਗ ਕਰਨੀ ਆ ਵੀ ਜਿਸ ਤਰ੍ਹਾਂ ਤੁਸੀਂ ਦੇਖਿਆ ਹੋ ਗਿਆ ਅੱਜ ਕੱਲ ਟੀਵੀ ਤੇ ਕਾਲ ਦੇ ਕੇ ਵੋਟਿੰਗ ਹੁੰਦੀ ਆ ਨਾ ਵੀ ਜੀ ਫਲਾਨੇ ਬੰਦੇ ਨੂੰ ਵੋਟਿੰਗ ਕਰੋ ਜੀ ਮੈਨੂੰ ਪਾਰਟਿਸਪੈਂਟ ਨੇ ਉਹ ਆਪਣੀ ਰਿਕੁਐਸਟ ਵੀ ਪਾਉਂਦੇ ਆ ਵੀਡੀਓ ਪਾਉਂਦੇ ਆ ਵਟਸਐਪ ਤੇ ਵੀ ਸਾਨੂੰ ਵੋਟਿੰਗ ਕਰੋ ਸਾਡਾ ਅੱਜ ਕੰਪੀਟੀਸ਼ਨ ਹੈਗਾ ਸ਼ਾਮ ਨੂੰ 8:30 ਤੋਂ 9:30 ਮੇਰੇ ਕੋਲ ਆਡ ਹੋ ਗਿਆ ਮੈਂ ਇੱਥੇ ਦੇ ਰਹਿਣ ਵਾਲਾ ਹੈਗਾ ਇਹ ਭੱਟੀ ਸਾਹਿਬ ਕਿੰਨੇ ਕੁ ਮੈਂਬਰ ਆ ਪੰਜਾਬ ਵਿੱਚ ਹਰਿਆਣਾ 'ਚ ਹਿਮਾਚਲ ਦੇ ਦਾ ਦਿਨ ਤੁਹਾਡੇ ਦੇ ਨਾਲ ਜੁੜਿਓ ਸਾਡੇ ਕੋਲ ਤਕਰੀਬਨ ਅਜੇ 200 ਕੁ ਮੈਂਬਰ ਹੈਗੇ ਆ ਇਸ ਐਸੋਸੀਏਸ਼ਨ ਮੈਂਬਰ ਹੈਗੇ ਪਰ ਭਾਰਤ ਦੇ ਸਾਰੇ ਨਹੀਂ ਪਾਰਟਿਸਿਪੇਟ ਕਰਦੇ ਵੋਟਿੰਗ ਕਿਉਂਕਿ ਬੰਦਾ ਬਿਜ਼ੀ ਹੁੰਦਾ ਕਿਤੇ ਚਲੋ ਇਹ ਤਾਂ ਜ਼ਿਆਦਾ ਜਿਹੜਾ ਵਿਹਲਾ ਜਾਂ ਸ਼ੌਕ ਜੀ ਦੇ ਗੱਲ ਹੈ ਉਹਦੀ ਗੱਲ ਹੈਗੀ ਹੈ ਨਾ 80% ਜਿਹੜੇ ਆ ਡੇ ਟੂ ਡੇ ਪਾਰਟਿਸਿਪੇਟ ਕਰਦੇ ਆ ਤੇ ਜਿੱਦਣ ਫਾਈਨਲ ਕੰਪੀਟੀਸ਼ਨ ਹੁੰਦਾ ਵੀਕਐਂਡ ਤੇ ਉਦਣ ਤੇ 90% ਦੇ ਕਰੀਬ ਪਾਰਟਿਸਿਪੈਂਟ ਹੁੰਦੇ ਨੇ ਵੋਟਿੰਗ ਕਰਨ ਲਈ ਅੱਛਾ ਚਲੋ ਇਸੇ ਬਾਰੇ ਗੱਲ ਬਾਅਦ 'ਚ ਕਰਦੇ ਹਾਂ ਇੱਕ ਮੈਨੂੰ ਹੋਰ ਆਈਡੀਆ ਆਇਆ ਹੈਗਾ ਵੀ ਤੁਸੀਂ ਬਹੁਤ ਫਰਵਰੀ ਮਹੀਨੇ ਹਰ ਸਾਲ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਬਹੁਤ ਵੱਡੇ ਲੈਵਲ ਦਾ
ਡੌਗ ਸ਼ੋਅ ਕਰਾਉਂਦੇ ਸੀ, ਮੇਰੇ ਖਿਆਲ ਅੱਜ ਕੱਲ੍ਹ ਤਾਂ ਮੇਰੇ ਖਿਆਲ 1-2 ਸਾਲ ਤੋਂ ਬੰਦ ਹੈਗਾ। ਉਹ ਡੌਗ ਸ਼ੋਅ ਤੁਸੀਂ ਬੰਦ ਕਿਉਂ ਕਰਦਾ ਜਾਂ ਉਹਦੇ ਕੀ ਐਕਸਪੀਰੀਅੰਸ ਰਹੇ ਸੀ ਤੁਹਾਨੂੰ? ਭਾਰਤ ਜੀ ਤੁਹਾਨੂੰ ਮੈਂ ਇਹ ਮਤਲਬ ਬੜੀ ਅਸੀਂ ਤੇ 25 ਸਾਲ ਤੋਂ ਡੌਗ ਸ਼ੋਅ ਕਰਾਉਂਦੇ ਸੀ, 87 ਸੀ, ਤੁਸੀਂ ਵੀ ਕਈ ਵਾਰੀ ਦੇਖਣ ਆਏ ਸੀ। ਹਾਂਜੀ ਹਾਂ, ਮੈਂ ਵੀ ਆਇਆ ਸੀ। ਹਾਂਜੀ, ਇੱਕ ਵਾਰੀ ਪੰਜਾਬ ਦੇ ਗਵਰਨਰ ਨੂੰ ਤੁਸੀਂ ਚੀਫ ਗੈਸਟ ਬਣਾਇਆ ਸੀ, ਮੇਰੇ ਖਿਆਲ ਜਨਰਲ ਮਲਹੋਤਰਾ ਸੀ। ਹਾਂ, ਬੜੇ ਸੀਨੀਅਰ ਮਿਨਿਸਟਰਸ ਆਉਂਦੇ ਰਹੇ ਨੇ ਤੇ ਸਾਡੇ ਪ੍ਰਾਈਸ ਡਿਸਟ੍ਰੀਬਿਊਸ਼ਨ ਲਈ। ਇਹ ਆਲ ਇੰਡੀਆ ਲੈਵਲ ਦਾ ਸ਼ੋਅ ਸੀ ਤੇ ਆਲ ਇੰਡੀਆ ਲੈਵਲ ਤੋਂ ਲੋਕੀ ਪਾਰਟਿਸਿਪੇਟ ਕਰਦੇ ਸੀ। ਇਹ ਪੰਜਾਬ ਦਾ ਸ਼ੋਅ ਨਹੀਂ ਸੀ, ਤਕਰੀਬਨ ਬੰਗਲੌਰ, ਕੈਲਕਟਾ, ਬੰਬੇ ਤੋਂ, ਦਿੱਲੀ ਤੋਂ, ਮਤਲਬ ਆਲ ਇੰਡੀਆ ਲੈਵਲ ਤੋਂ ਲੋਕੀ ਡੌਗਸ ਲੈ ਕੇ ਆਉਂਦੇ। ਨੈਸ਼ਨਲ ਲੈਵਲ ਦਾ ਸ਼ੋਅ ਸੀ ਇਹ, ਨਾ ਮਤਲਬ ਇਹਦੇ ਚ ਮੁਸ਼ਕਲ ਇਹ ਆਈ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਆ ਉਹਨਾਂ ਨੇ ਦੇਣਾ ਬੰਦ ਕਰਤਾ। ਉਹ ਕਹਿੰਦੇ ਅਸੀਂ ਦੇਣਾ ਨੀ ਡੌਗ ਸ਼ੋਅ ਲਈ ਜਾਂ ਹੋਰ ਕਿਸੇ ਇਵੈਂਟ ਲਈ। ਓ ਅੱਛਾ ਅੱਛਾ ਅੱਛਾ, ਫਿਰ ਵੈਨਿਊ ਦੀ ਪ੍ਰੋਬਲਮ ਆ ਰਹੀ ਤੁਹਾਨੂੰ ਨਾ? ਸਾਨੂੰ 1-2 ਸਾਲ ਪਿਆ ਕਿ ਖਾਲਸਾ ਸਕੂਲ ਜਿਹੜਾ ਨਕੋਦਰ ਰੋਡ ਤੇ ਉੱਥੇ ਕਰਾਉਣਾ ਪਿਆ, ਪਰ ਅਸੀਂ ਸ਼ੋਅ ਕਰਾਉਂਦੇ ਸੀ ਉੱਥੇ ਟ੍ਰੈਫਿਕ ਦੀ ਮੁਸ਼ਕਲ ਆਉਣ ਲੱਗ ਗਈ ਤੇ ਪੁਲਿਸ ਵਾਲਿਆਂ ਨੇ ਸਾਨੂੰ ਬਾਅਦ ਚ ਅਲਾਅ ਨਹੀਂ ਕੀਤਾ ਉੱਥੇ ਵੀ ਡੌਗ ਸ਼ੋਅ ਕਰਾਉਣਾ, ਤੇ ਅਸੀਂ ਫਿਰ ਇਸ ਕਰਕੇ ਈਵੈਂਟ ਬੰਦ ਕਰਤੀ। ਪਰ ਇਹ ਈਵੈਂਟ ਵੀ ਜਲੰਧਰ ਦੀ ਈਵੈਂਟ ਸੀ ਇੱਕ। ਨਹੀਂ, ਵੈਨਿਊ ਤਾਂ ਹੋਰ ਵੀ ਅੱਛੇ ਮਿਲ ਜਾਣਗੇ, ਮੈਂ ਵੀ ਥੋੜੀ ਬਹੁਤੀ ਤੁਹਾਡੀ ਇਸ ਮਾਮਲੇ ਚ ਹੈਲਪ ਕਰਦਾ। ਤੁਸੀਂ ਇਹਨੂੰ ਕੰਟੀਨਿਊ ਕਰੋ ਕਿਉਂਕਿ ਇਹ ਤਾਂ ਬਹੁਤ ਮਤਲਬ ਜਿਨ੍ਹਾਂ ਦੇ ਘਰ ਪੈਟ ਰੱਖੇ ਹੋ ਉਹ ਉਹਨੂੰ ਫੈਮਿਲੀ ਮੈਂਬਰ ਹੀ ਸਮਝਦੇ ਹੈਗੇ ਕਿਸਮ ਤਰ੍ਹਾਂ। ਭਾਰਤ ਜੀ ਤੁਸੀਂ ਦੇਖਿਆ ਹੋਣਾ ਸਟੇਡੀਅਮ ਬਹੁਤ ਸਿਕਿਓਰ ਹੈਗਾ, ਅੰਦਰ ਬੰਦਾ ਕੋਈ ਚਲੇ ਜਾਏ ਗੇਟ ਲੱਗ ਜਾਂਦੇ ਆ, ਐਂਟਰੀ ਤੇ ਗਾਰਡ ਖੜ ਜਾਂਦੇ ਆ। ਕਈ ਜਗ੍ਹਾ ਵੈਨਿਊ ਬਹੁਤ ਵਧੀਆ ਹੈਗੇ, ਉੱਥੇ ਚਾਂਸਿਸ ਹੁੰਦਾ ਵੀ ਡੌਗ ਕਿਸੇ ਦਾ ਚੋਰੀ ਨਾ ਹੋ ਜਾਏ। ਮਹਿੰਗੇ ਮਹਿੰਗੇ ਡੌਗ ਹੁੰਦੇ ਨੇ ਤੇ ਲੜਾਈ ਝਗੜਾ ਹੋ ਜਾਂਦਾ। ਇਹ ਗੁਰੂ ਗੋਬਿੰਦ ਸਿੰਘ ਸਟੇਡੀਅਮ ਸੀ, ਇਹ ਬਿਲਕੁਲ ਸੈਂਟਰ ਸੀ ਸਿਟੀ ਦੇ, ਬਿਲਕੁਲ ਵੈਨਿਊ ਬਹੁਤ ਅੱਛਾ ਸੀ ਇਹ। ਹਾਂਜੀ ਹਾਂਜੀ, ਟਾਊਨ ਦੇ ਨਾਲ ਲੱਗਦਾ ਸੀ, ਬੱਸ ਸਟੈਂਡ ਦੇ ਨੇੜੇ ਸੀ ਤੇ ਜਿਹੜੇ ਜਲੰਧਰ ਰਹਿਣ ਵਾਲੇ ਲੋਕ ਨੇ ਜਿਹੜੇ ਅੱਜ ਤੁਹਾਡਾ ਪ੍ਰੋਗਰਾਮ ਦੇਖਣਗੇ ਉਹ ਦੇਖਣਗੇ ਵੀ ਉਹ ਬਹੁਤ ਕਨਵੀਨੀਅੰਟ ਹੈਗੀ ਆ, ਮਤਲਬ ਆਰਾਮ ਨਾਲ ਬੰਦਾ ਆ ਸਕਦਾ, ਪਾਰਕਿੰਗ ਬਹੁਤ ਹੈਗੀ। ਹਾਂਜੀ ਹਾਂਜੀ, ਅੱਛਾ ਚਲੋ 1-2 ਗੱਲਾਂ ਮੈਂ ਤੁਹਾਨੂੰ ਹੋਰ ਦੱਸਾਂਗਾ। ਜਿਹੜੇ ਮੈਂ ਵੀ ਡੌਗ ਰੱਖਿਆ ਸੀ ਤੁਹਾਡੇ ਕੋਲ ਆਉਂਦਾ ਰਿਹਾ, ਮੈਂ ਮਤਲਬ 16 ਸਾਲ ਮੇਰੇ ਕੋਲ ਰਿਹਾ, ਮਤਲਬ ਬਹੁਤ ਪਿਆਰ ਹੋ ਜਾਂਦਾ। ਇੱਦਾਂ ਹੀ ਇੱਕ ਮੇਰਾ ਦੋਸਤ ਹੁਣੇ ਹੀ ਜਦੋਂ ਆਹ ਲੋਕਡਾਊਨ ਚੱਲ ਰਿਹਾ ਸੀ ਅਮੈਰੀਕਾ ਨੇ ਉਦੋਂ ਅਲਾਓ ਕੀਤਾ ਵੀ ਸਾਡੇ ਸਿਟੀਜ਼ਨ, ਉਹ ਬੇਸਿਕਲੀ ਇਹ ਹੈ ਪੰਜਾਬੀ ਆ ਜਲੰਧਰ ਤੋਂ ਤੇ ਰਹਿੰਦਾ ਅਮੈਰੀਕਾ ਹੈ, ਉਹ ਫਿਰ ਅਮੈਰੀਕਾ ਗਿਆ ਤੇ ਉੱਥੇ ਨੈਚੁਰਲੀ 15 ਦਿਨ ਲਈ ਉਹਨੂੰ ਘਰ ਵਿੱਚ ਕੁਆਰੰਟਾਈਨ ਕਰਨਾ ਸੀ। ਉਹਦੀ ਫੈਮਿਲੀ ਵਰਗੇ ਸਾਰੇ ਚੱਲ ਗਏ, ਸਿਰਫ ਉਹਦੇ ਡੌਗ ਨੇ ਇਨਕਾਰ ਕਰ ਦਿੱਤਾ। ਕਹਿੰਦਾ ਜੀ ਉਹਦਾ ਉਹਨੇ ਫੇਸਬੁੱਕ ਤੇ ਹੀ ਪਾਇਆ, ਕਹਿੰਦਾ ਜੀ ਦੇਖੋ ਮੇਰੇ ਫੈਮਿਲੀ ਮੈਂਬਰ, ਵਾਈਫ, ਬੱਚੇ ਦੂਜੇ ਘਰ ਚਲ ਗਏ, ਡੌਗ ਸਿਰਫ ਮੇਰੇ ਨਾਲ ਆ, ਮੈਂ ਡੌਗ ਨਾਲ ਕੁਆਰੰਟਾਈਨ ਕਰ ਰਿਹਾ। ਡੌਗ ਦੀ ਸਿਨਸੀਅਰਟੀ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਡੌਗ ਜਿਹੜਾ ਹੈਗਾ ਆ ਇਹ ਬੈਸਟ ਜਿਹੜਾ ਤੁਹਾਡਾ ਪੈਟ ਹੈਗਾ ਆ, ਤੁਹਾਡਾ ਕੰਪੈਨੀਅਨ ਹੈਗਾ ਆ। ਜਦੋਂ ਤੁਸੀਂ ਅੱਜ ਕੱਲ ਤੋਂ ਚਲੋ ਲੋਕਡਾਊਨ ਆ, ਵੈਸੇ ਵੀ ਤੁਸੀਂ ਜਦੋਂ ਬਾਹਰੋਂ ਕੰਮ ਤੇ ਆਉਂਦੇ ਹੋ ਤੇ ਤੁਹਾਨੂੰ ਬੜਾ ਖੁਸ਼ੀ ਮਿਲਦਾ ਹੈਗਾ, ਇਹਦੇ ਨਾਲ ਤੁਸੀਂ ਖੇਡ ਲਓ ਤੇ ਤੁਹਾਡਾ ਬੀਪੀ ਵੀ ਜਿਹੜਾ ਨਾਰਮਲ ਹੋ ਜਾਂਦਾ, ਜਿਹਨਾਂ ਨੂੰ ਬੀਪੀ ਖੁਸ਼ ਹੋ ਜਾਂਦਾ, ਹਾਂਜੀ ਹਾਂਜੀ ਖੁਸ਼ ਹੋ ਜਾਂਦਾ ਬੰਦਾ। ਤੁਹਾਡੀ ਕੰਸੈਂਟਰੇਸ਼ਨ ਜਿਹੜੀ ਹੁੰਦੀ ਆ ਕੰਮ ਕਾਰ ਤੋਂ ਬਾਹਰ ਲਿਆਉਣ ਤੋਂ, ਕੋਈ ਲੈਣ ਦੇਣ ਤੋਂ, ਸਾਰੀ ਚੇਂਜ ਹੋ ਜਾਂਦੀ ਹੈ ਤੇ ਤੁਹਾਡਾ ਸਾਰਾ ਧਿਆਨ ਡੌਗ ਚ ਚਲੇ ਜਾਂਦਾ, ਉਹਦੇ ਨਾਲ ਖੇਡਣ ਚ ਚਲੇ ਜਾਂਦਾ ਤੇ ਤੁਹਾਡਾ ਮਨ ਇੱਕ ਜਗ੍ਹਾ ਟਿਕ ਜਾਂਦਾ ਹੈਗਾ। ਉਹਦੇ ਨਾਲ ਤੁਹਾਡਾ ਬੀਪੀ ਵੀ ਕੰਟਰੋਲ ਹੋ ਜਾਂਦਾ ਜੀ ਭਾਰਤ ਜੀ। ਹਾਂਜੀ ਹਾਂਜੀ ਹਾਂਜੀ, ਇਹ ਵੀ ਰਿਸਰਚ ਹੋਈ ਆ ਜਿਹਨਾਂ ਘਰਾਂ ਵਿੱਚ ਡੌਗ ਹੈਗੇ ਸਪੈਸ਼ਲੀ ਡਿਪਰੈਸ਼ਨ ਉਹਨਾਂ ਘਰਾਂ ਵਿੱਚ ਨਹੀਂ ਕਦੀ ਹੋ ਸਕਦਾ, ਇਹ ਐਮ ਆਈ ਰਾਈਟ? ਇਸੇ ਕਰਕੇ ਆ ਨਾ ਜੀ, ਉਹ ਡੌਗ ਨਾਲ ਜਦੋਂ ਦੇਖੋ ਕੋਈ ਵੀ ਹੁਣ ਬੱਚੇ ਆਪਣੇ ਜਿਹੜੇ ਜ਼ਿਆਦਾ ਬਾਹਰ ਚਲੇ ਗਏ ਨੇ ਤੇ ਅਸੀਂ ਆਪ ਹੀ ਰਹਿ ਗਏ ਇੱਥੇ, ਮਤਲਬ ਉਹ ਜ਼ਿਆਦਾ ਜਿਹੜੇ ਆਪਣੇ ਬਜ਼ੁਰਗ ਨੇ, ਹੁਣ ਅਸੀਂ ਵੀ ਬਜ਼ੁਰਗ ਹੀ ਹਾਂ ਤੇ ਉਹ ਆਪਣੇ ਕੋਈ ਨਾ ਕੋਈ ਸ਼ੌਕ ਲਈ ਪੈਟ ਰੱਖਦੇ ਆ ਤੇ ਚਲੋ ਵੀ ਸਾਰਾ ਦਿਨ ਟਾਈਮ ਪਾਸ ਹੁੰਦਾ ਰਹੇ, ਕਦੀ ਉਹਨੂੰ ਖਾਣਾ ਪਾ ਤਾ ਸਵੇਰ ਦਾ, ਕਦੀ ਦੁਪਹਿਰ ਦਾ ਪਾ ਤਾ, ਹਫ਼ਤੇ 'ਚ 1-2 ਵਾਰੀ ਨਲਾ ਲਿਆ, ਕਦੀ ਡਾਕਟਰ ਦੇ ਲੈ ਗਏ, ਉਹਦੇ ਨਾਲ ਤੁਹਾਡੀ ਇੱਕ ਨਾ ਮਤਲਬ ਦਿਨ ਚਰਿਆ ਬਣੀ ਰਹਿੰਦੀ ਆ। ਠੀਕ ਹੈ, ਮੰਨ ਲਓ ਹੁਣ ਕਿਸੇ ਨੂੰ ਸ਼ੌਕ ਹੈਗਾ, ਕਿਸੇ ਨੇ ਅੱਜ ਕੱਲ੍ਹ ਤਾਂ ਵਰਾਇਟੀਆਂ ਬਹੁਤ ਆ, ਮੈਨੂੰ ਤਾਂ ਇੰਨੀਆਂ ਹੁਣ ਵਰਾਇਟੀਆਂ ਨਾ ਵੀ ਯਾਦ ਨੇ, ਤੁਹਾਨੂੰ ਪਤਾ ਹੋਏਗਾ
ਇਹ ਡੋਗ ਜੇ ਕਿਸੇ ਨੇ ਰੱਖਣਾ ਹੋਵੇ ਵੱਖ ਵੱਖ ਵੈਰਾਈਟੀ ਦੇ ਲੈਣੇ ਹੋਣ ਤੁਹਾਡੇ ਤੋਂ ਹੀ ਮਿਲ ਜਾਂਦੇ ਜਾਂ ਕਿੱਥੋਂ ਮਿਲਦੇ ਪੰਜਾਬ ਵਿੱਚ? ਅਸੀਂ ਬਿਲਕੁਲ ਦੇ ਦਿੰਦੇ ਹਾਂ, ਬਰੀਡਰ ਦਾ ਐਡਰੈਸ ਵੀ ਦੇ ਦਿੰਦੇ ਹਾਂ, ਗਾਈਡ ਵੀ ਕਰ ਦਿੰਦੇ ਹਾਂ। ਜੇ ਕਿਸੇ ਨੇ ਸਾਡੇ ਤੋਂ ਮੇਰੇ ਤੋਂ ਕੰਸਲਟੇਸ਼ਨ ਲੈਣੀ ਹੈਗੀ ਆ ਵੀ ਤੁਸੀਂ ਸਾਨੂੰ ਡੋਗ ਸਿਲੈਕਟ ਕਰ ਦਿਓ, ਅਸੀਂ ਸਿਲੈਕਟ ਵੀ ਕਰ ਦਿੰਦੇ ਹਾਂ, ਸਾਰਾ ਕੁਝ ਕਰ ਦਿੰਦੇ ਹਾਂ। ਅੱਛਾ 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 ਤੇ ਬਹੁਤ ਵਧੀਆ। ਅੱਛਾ ਇੱਕ ਦੋ ਗੱਲਾਂ ਮੈਨੂੰ ਹੋਰ ਦੱਸੋ, ਪੰਜਾਬ ਦੇ ਲੋਕਾਂ ਦਾ ਕਿੰਨਾ ਕੁ ਸ਼ੌਕ ਆ ਡੋਗ ਪਾਲਣ ਵਿੱਚ ਜਾਂ ਡੋਗ ਘਰਾਂ 'ਚ ਰੱਖਣ ਲਈ? ਦੇਖੋ ਪੰਜਾਬ 'ਚ ਤੇ ਸ਼ੌਕ ਬਹੁਤ ਜ਼ਿਆਦਾ ਹੈਗਾ ਦੂਜੀਆਂ ਸਟੇਟਾਂ ਨਾਲੋਂ। ਉਹਦਾ ਇੱਕ ਬਹੁਤ ਵੱਡਾ ਕਾਰਨ ਸੀ, ਜਿੰਨਾ ਚਿਰ ਆਪਣੇ ਪੰਜਾਬ ਦੇ ਹਾਲਾਤ ਵਧੀਆ ਨਹੀਂ ਸੀ, ਲੋਕੀ ਸਿਕਿਉਰਿਟੀ ਲਈ ਰੋਟਵੈਲ, ਜਰਮਨ ਸ਼ੈਫਰਡ ਤੇ ਡੇਨ ਮੈਸਿਵ, ਹਿਮਾਲੀਅਨ ਸ਼ੀਪ ਡੋਗ ਵਗੈਰਾ ਰੱਖਦੇ ਸੀ, ਕਿਉਂਕਿ ਜਿਹਨਾਂ ਘਰ ਮਤਲਬ ਸ਼ਹਿਰਾਂ 'ਚ ਘਰ ਸੀ ਉਹ ਥੋੜੇ ਜਿਹੇ ਜਿੱਦਾਂ ਜਰਮਨ ਸ਼ੈਫਰਡ ਰੱਖ ਲਿਆ, ਰੋਟਵੈਲਰ ਰੱਖ ਲਿਆ ਜਿਹਦਾ ਘਰ ਵੱਡਾ ਸੀ, ਜਿਹਦੇ ਕੋਈ ਫਾਰਮ ਹਾਊਸ ਸੀ ਉਹ ਗੱਦੀ ਵਗੈਰਾ ਰੱਖ ਲੈਂਦੇ ਸੀ, ਤਿਪਤੀਅਨ ਮੈਸਟਿਕ ਰੱਖ ਲੈਂਦੇ ਜਿਹਨੂੰ TM ਕਹਿੰਦੇ ਨੇ। ਤੇ ਇਹ ਸ਼ੌਕ ਉਹ ਜਦੋਂ ਡੋਗ ਰੱਖੇ ਉਹਨਾਂ ਨੇ ਸਿਕਿਉਰਿਟੀ ਲਈ, ਪਰ ਹੌਲੀ ਹੌਲੀ ਜਦੋਂ ਡੋਗ ਤੁਸੀਂ ਘਰ 'ਚ ਰੱਖਣ ਲੱਗ ਜਾਂਦੇ ਹੋ ਉਹ ਤੁਹਾਡਾ ਫੈਮਿਲੀ ਮੈਂਬਰ ਦੀ ਤਰ੍ਹਾਂ ਹੋ ਜਾਂਦਾ, ਤੇ ਅੱਗੇ ਤੋਂ ਤੁਸੀਂ ਕਦੀ ਤੁਹਾਡਾ ਡੋਗ ਕਿਤੇ ਕੁਛ ਹੋ ਵੀ ਜਾਏ ਤੇ ਤੁਸੀਂ ਦੁਬਾਰਾ ਜ਼ਰੂਰ ਡੋਗ ਰੱਖਦੇ ਹੈਗੇ। ਹਾਂਜੀ ਹਾਂਜੀ ਹਾਂਜੀ। ਤੇ ਹੋਰ ਜਿਹੜਾ ਪੰਜਾਬ ਦੇ ਲੋਕਾਂ ਨੂੰ ਜਿਹੜੇ ਜਿਹੜਾ ਇਸ ਸ਼ੌਕ ਬਾਰੇ ਕੋਈ ਇੱਕ ਦੋ ਇੰਟਰਸਟਿੰਗ ਗੱਲਾਂ ਜ਼ਰੂਰ ਦੱਸੋ ਤਾਂ ਕਿ ਜਿਹੜੇ ਹੈਗੇ ਆ, ਕਿਉਂਕਿ ਲੋਕਡਾਊਨ ਚ ਅੱਜ ਕੱਲ ਬੱਚੇ ਜਿੱਦਾਂ ਘਰਾਂ ਚ ਇਕੱਲੇ ਨੇ, ਬੱਚੇ ਮਾਂ ਪਿਓ ਨੂੰ ਡਿਮਾਂਡ ਕਰਦੇ ਨੇ ਸਾਨੂੰ ਡੋਗ ਲੈ ਦੋ, ਕਿਉਂਕਿ ਦੇਖੋ ਤਕਰੀਬਨ 50 ਦਿਨ ਦੇ ਕਰੀਬ ਹੋ ਚੱਲੇ ਨੇ, ਤੇ ਕਈਆਂ ਨੇ ਅੱਜ ਕੱਲ ਡੋਗ ਬਹੁਤ ਲਏ ਨੇ ਵੀ ਚਲੋ ਅਸੀਂ ਘਰ ਤਿਆਂ ਪਾਲ ਵੀ ਲਾਂਗੇ ਤੇ ਨਾਲੇ ਸਾਡਾ ਐਜ ਏ ਪੈਟ ਕੰਪੈਨੀਅਨ ਹੋ ਜਾਏਗਾ। ਅੱਛਾ 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 ਹਾਂਜੀ ਹਾਂਜੀ ਹਾਂਜੀ। ਤੇ ਗੱਲਾਂ ਹੋਰ ਦੱਸੋ, ਲੋਕਡਾਊਨ ਤਾਂ ਚਲੋ ਹਫ਼ਤਾ 10 ਦਿਨ ਹੋਰ ਰਹਿ ਲਏਗਾ ਬੜੀ ਹੱਦ, ਅਲਟੀਮੇਟਲੀ ਤਾਂ ਥੋੜ੍ਹਾ ਜਿਹਾ ਖੁੱਲ੍ਹਣਾ ਹੀ ਹੈਗਾ, ਪਰ ਵਾਇਰਸ ਅਜੇ ਵੀ ਸਾਡੇ ਸਿਸਟਮ ਵਿੱਚ ਹੈਗਾ ਆ, ਇਹ ਜਦੋਂ ਲੋਕਡਾਊਨ ਖੁੱਲ੍ਹ ਵੀ ਜਾਏਗਾ ਇਹ ਕਿਹੜੀਆਂ ਕਿਹੜੀਆਂ ਲੋਕਾਂ ਨੂੰ ਆਮ ਤੌਰ 'ਤੇ ਸਾਵਧਾਨੀਆਂ ਵਰਤਣੀਆਂ ਪਵੇਗਾ, ਸੋਸ਼ਲ ਡਿਸਟੈਂਸ ਜਾਂ ਮਾਸਕ ਵਗੈਰਾ ਪਾਉਣੇ, ਇਹਨਾਂ ਬਾਰੇ ਤੁਸੀਂ ਤਾਂ ਡਾਕਟਰ ਹੋ ਖੁਦ। ਚਲੋ ਮੈਂ ਵੈਟਰੀ ਡਾਕਟਰ, ਮੈਂ ਆਪਣੇ ਕਲੀਨਿਕ ਦੀ ਪ੍ਰੈਕਟਿਸ ਬਾਰੇ ਦੱਸ ਦਿੰਦਾ ਹੈਗਾ। ਅਸੀਂ ਜਿਹੜੇ ਡੋਗਸ ਆਉਂਦੇ ਨੇ ਉਹਦੀ ਪ੍ਰੋਪਰ ਸੋਸ਼ਲ ਡਿਸਟੈਂਸ ਜਿਹੜਾ ਕਸਟਮਰ ਆਉਂਦਾ ਮੇਨਟੇਨ ਕਰਦੇ ਹਾਂ, ਜਿਹੜਾ ਵਿਦਾਊਟ ਮਾਸਕ ਆਉਂਦਾ ਹੈ ਉਹਦਾ ਡੋਗ ਨਹੀਂ ਦੇਖਦੇ, ਅਟੈਂਡ ਨਹੀਂ ਕਰਦੇ ਹੈਗੇ। ਸਾਡੇ ਜਿਹੜੇ ਸਟਾਫ ਆ ਸਾਰਿਆਂ ਨੇ PPE ਕਿੱਟਾਂ ਪਾਈਆਂ ਨੇ, ਹਰ ਡੋਗ ਦੇਖ ਕੇ ਜਿਹੜਾ ਗਲਵ ਆ ਅਸੀਂ ਚੇਂਜ ਕਰ, ਦੋ ਦੋ ਗਲਵਸ ਪਾਏ ਹੁੰਦੇ ਆ, ਹਰ ਡੋਗ ਦੇਖ ਕੇ ਜਿਹੜਾ ਉਤਲਾ ਗਲਵ ਆ ਉਹ ਚੇਂਜ ਕਰ ਦਿੰਦੇ ਹਾਂ, ਨਵਾਂ ਫਿਰ ਪਾ ਲੈਂਦੇ ਹਾਂ, ਤੇ ਪ੍ਰੋਪਰ ਸੈਨੀਟਾਈਜੇਸ਼ਨ ਸੈਨੀਟਰ ਵਗੈਰਾ ਪਿਆ ਹੈਗਾ। ਤੁਸੀਂ ਅੱਜ ਕੱਲ੍ਹ ਦੇਖਿਆ ਹੋਣਾ ਸਟੈਂਡ ਵਿੱਚ ਉਹ ਸੈਨੀਟਾਈਜ਼ਰ ਦੀ ਬੋਤਲ ਲੱਗੀ ਆ, ਅਸੀਂ ਉਹੋ ਜਿਹੇ ਸੈਨੀਟਾਈਜ਼ਰ ਸਟੈਂਡ ਲੈ ਲਏ ਨੇ, ਕਸਟਮਰ ਜਦੋਂ ਡੋਗ ਦਿਖਾ ਕੇ ਜਾਂਦਾ ਹੈਗਾ ਉਹ ਆਪਣਾ ਹੱਥ ਸੈਨੀਟਾਈਜ਼ ਕਰਕੇ। ਹਾਂਜੀ ਹਾਂਜੀ ਹਾਂਜੀ। ਤੇ ਇੱਕ ਅਖੀਰ ਵਿੱਚ ਤੁਸੀਂ ਦੱਸੋ, ਇੱਕ ਆ ਜਿਹੜੀ ਇਹਨਾਂ ਡੋਗ ਨਾਲ ਸੰਬੰਧਿਤ ਬਿਮਾਰੀ ਹੁੰਦੀ ਆ ਹਲਕਾ ਜਾਂ ਰੇਬੀਜ਼ ਜਿਹੜੀ ਹੈਗੀ ਆ, ਕਦੀ ਇਸ ਤਰ੍ਹਾਂ ਤੇ ਨਹੀਂ ਅਨਫੋਰਚੁਨੇਟ ਇੰਸੀਡੈਂਟਸ ਹੋਇਆ ਜਦੋਂ ਟੀਕਾ ਵਗੈਰਾ ਪੂਰਾ ਕਰਵਾ ਲਈ ਤੇ ਇਸ ਤਰ੍ਹਾਂ ਦਾ ਇੰਸੀਡੈਂਟ ਨਹੀਂ ਕਦੀ ਹੁੰਦਾ ਕਿਸੇ ਫੈਮਿਲੀ ਵਿੱਚ? ਦੇਖੋ ਜਿਹੜੇ ਮੇਰੇ ਕੋਲ ਜਿੰਨੇ ਵੀ ਡੋਗ ਲਵਰਸ ਆਉਂਦੇ ਨੇ ਜਾਂ ਜਿਹੜੇ ਪੈਟ ਓਨਰ ਨੇ, ਅਸੀਂ ਉਹਨਾਂ ਨੂੰ ਕੋਈ ਕਾਰਡ ਬਣਾ ਦਿੰਦੇ ਹਾਂ, ਉਹਨਾਂ ਦਾ ਵੈਕਸੀਨੇਸ਼ਨ ਦੱਸ ਦਿੰਦੇ ਹਾਂ ਵੀ ਤੁਹਾਡੇ ਆਹ ਜਿਸ ਵੈਕਸੀਨੇਸ਼ਨ ਹੈਗੀ ਲੱਗਣੀ ਆ ਉਹਦੇ 'ਚ ਐਂਟੀ ਰੇਬੀਜ਼ ਵੀ ਇੰਕਲੂਡ ਹੁੰਦੀ ਆ। ਈਵਨ ਡੋਗ ਵਿੱਚ ਕਰੋਨਾ ਵੀ ਲੱਗਦੀ ਰਹੀ ਆ 10-15 ਸਾਲ ਤੋਂ, ਪਰ ਉਹ ਡਿਫਰੈਂਟ ਸਟ੍ਰੇਨ ਹੈ ਤੇ ਡੋਗ ਦੀ ਕਰੋਨਾ ਸਟ੍ਰੇਨ ਉਹ ਡਿਫਰੈਂਟ ਹੈ, ਹਿਊਮਨ ਦੀ ਡਿਫਰੈਂਟ ਆ, ਪਰ ਲੋਕਾਂ ਨੇ ਉਹ ਸਾਨੂੰ ਕਹਿ ਕਹਿ ਕੇ ਹੁਣ ਕਰੋਨਾ ਦਾ ਵੀ ਸਾਡੇ ਵੈਕਸੀਨ ਜੇ ਕਿਸੇ ਦਾ ਰਹਿ ਗਿਆ, ਅੱਗੇ ਲਗਵਾਉਂਦੇ ਨਹੀਂ ਸੀ ਹੁੰਦੇ ਜਿਹੜੇ ਪੈਟ ਲਵਰ ਕੋਈ ਪੈਟ ਓਨਰ ਨੇ, ਉਹਨਾਂ ਨੇ ਹੁਣ ਕਰੋਨਾ ਵੀ ਲਵਾਇਆ ਹੈਗਾ, ਪਰ ਅਸੀਂ ਜਿਹੜਾ ਡੋਗਸ ਵਾਲਾ ਵੀ ਕਰੋਨਾ ਜਿਹੜੀ ਵੈਕਸੀਨ ਉਹ ਲਵਾਉਣੀ ਸ਼ੁਰੂ ਕਰ ਦਿੱਤੀ ਹੈ। ਨਹੀਂ ਲੱਗਦੀ ਤਾਂ ਪਹਿਲਾਂ ਹੀ ਸੀ, ਹੁਣ ਜ਼ਿਆਦਾ ਲਗਵਾਉਣ ਲੱਗ ਗਏ ਲੋਕੀ। ਅੱਛਾ ਹੁਣ ਜ਼ਿਆਦਾ ਲਵਾਉਣ ਲੱਗ ਪਏ, ਕਿਤੇ ਉਹਨਾਂ ਨੂੰ ਨਾ ਹੋ ਜਾਵੇ। ਹਾਂਜੀ ਹਾਂਜੀ। ਨਹੀਂ ਕਰੋਨਾ ਡੋਗਸ ਵਾਲੀ ਜਿਹੜੀ ਆ ਇਹ ਹਿਊਮਨ ਦਾ ਸਟ੍ਰੇਨ ਨਹੀਂ ਹੈਗਾ, ਇਹ ਡਿਫਰੈਂਟ ਆ। ਹਾਂਜੀ ਡਿਜ਼ੀਜ਼ ਵੀ ਡਿਫਰੈਂਟ ਆ ਡੋਗ। ਹਾਂਜੀ ਹਾਂਜੀ। ਨਹੀਂ ਮੰਨ ਲਓ ਕਿਤੇ ਅਨਫੋਰਚੁਨੇਟਲੀ ਕਿਸੇ ਫੈਮਿਲੀ ਮੈਂਬਰ ਨੂੰ ਕਰੋਨਾ ਪੋਜ਼ਿਟਿਵ ਹੋ ਗਿਆ, ਉਸ ਘਰ 'ਚ ਡੋਗ ਵੀ ਆ,
ਉਹ ਜਿਹੜਾ ਬੰਦੇ ਦਾ ਸਟੇਨ ਡੋਗ ਦੇ ਵਿੱਚ ਨਹੀਂ ਜਾਣੇ ਦੀ ਸੰਭਾਵਨਾ ਰਹਿੰਦੀ। ਅਜੇ ਤੱਕ ਤੇ ਕੋਈ ਰਿਪੋਰਟ ਨਹੀਂ ਹੋਇਆ ਕੇਸ ਇਸ ਤਰ੍ਹਾਂ ਦਾ, ਮੇਰੀ ਨੌਲੇਜ ਵਿੱਚ ਨਹੀਂ ਹੈਗਾ, ਪਰ ਚਾਂਸਿਸ ਬਹੁਤ ਹੀ ਘੱਟ ਨੇ, ਰੇਅਰ ਨੇ। ਚਲੋ ਵਧੀਆ। ਅਖੀਰ ਚ ਹੁਣ ਡੋਗ ਲਵਰਸ ਨੂੰ ਤੁਸੀਂ ਲੋਕਡਾਊਨ ਵਿੱਚ ਜਾਂਦੇ ਜਾਂਦੇ ਕੋਈ ਸੁਨੇਹਾ ਜ਼ਰੂਰ ਦਿਓ ਇੰਟਰਸਟਿੰਗ ਜੇ। ਮੈਂ ਤੇ ਜਿੰਨੇ ਵੀ ਪੈਟ ਓਨਰਸ ਨੇ, ਡੋਗ ਲਵਰਸ ਨੇ, ਉਹਨਾਂ ਨੂੰ ਇਹ ਕਹਿਣਾ ਚਾਹਨਾ, ਆਪਣੇ ਡੋਗ ਨੂੰ ਪ੍ਰੋਪਰ ਜਿਹੜਾ ਆ ਤੁਸੀਂ ਐਕਸਰਸਾਈਜ਼ ਦਿਓ, ਉਹਦੀ ਡਾਇਟ ਦਾ ਪ੍ਰੋਪਰ ਧਿਆਨ ਰੱਖੋ। ਅੱਜ ਕੱਲ੍ਹ ਜਿੱਦਾਂ ਸੀਜ਼ਨ ਗਰਮੀਆਂ ਦਾ ਇੰਡੀਆ ਵਿੱਚ ਸਟਾਰਟ ਹੈਗਾ, ਉਹਦੇ ਜਿਹੜੇ ਇੰਜੈਕਸ਼ਨ ਵਗੈਰਾ ਟਿਕਸ ਦੇ ਜਾਂ ਤੁਹਾਡੀ ਵੈਕਸੀਨ ਮਿਸ ਆ ਉਹ ਟਾਈਮ ਸਿਰ ਲਗਵਾ ਲਓ ਤੁਸੀਂ। ਬਾਕੀ ਜਿਹੜੀ ਡਾਇਟ ਆ ਓਵਰ ਫੀਡਿੰਗ ਨਾ ਕਰੋ, ਅਗਰ ਓਵਰ ਫੀਡਿੰਗ ਕਰੋਗੇ ਕਾਫੀ ਕੇਸਿਸ ਜਿਹੜੇ ਆ, ਕਿਉਂਕਿ ਐਕਸਰਸਾਈਜ਼ ਹੈ ਨਹੀਂ ਤੇ ਉਹਦੇ ਚ ਵੋਮਟਿੰਗ ਤੇ ਲੂਜ਼ ਮੋਸ਼ਨ ਦੇ ਆ ਜਾਂਦੇ ਆ ਤੇ। ਹਾਂਜੀ ਚਲੋ ਬਹੁਤ ਸੋਹਣਾ ਡਾਕਟਰ ਸਾਹਿਬ ਐਸਐਸ ਭੱਟੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਮੈਨੂੰ ਲੱਗਦਾ ਵੀ ਜਿੰਨੀ ਦੇਰ ਲੋਕਡਾਊਨ ਆ, ਜਿਹੜੇ ਹੋਰ ਡੋਗ ਲਵਰ ਇਸ ਤਰ੍ਹਾਂ ਦੇ ਸ਼ੌਕ ਹੋਰ ਇਹੋ ਆਨਲਾਈਨ ਪਾਰਟੀਸਪੇਸ਼ਨ ਕਰ ਸਕਦੇ। ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਥੈਂਕ ਯੂ, ਧੰਨਵਾਦ ਕਰਨਾ ਚਾਹੁੰਦਾ ਹਾਂ ਤੁਸੀਂ ਅੱਜ ਮੈਨੂੰ ਆਪਣੇ ਚੈਨਲ ਤੇ ਟੀਵੀ ਤੇ ਰਿਕਾਰਡਿੰਗ ਕੀਤੀ ਹੈਗੀ ਆ, ਤੇ ਸਾਡੇ ਪ੍ਰੋਫੈਸ਼ਨ ਬਾਰੇ ਤੁਸੀਂ ਕਾਫੀ ਗੱਲਾਂ, ਮੈਨੂੰ ਨਹੀਂ ਸੀ ਲੱਗਦਾ ਵੀ ਤੁਹਾਨੂੰ ਇੰਨਾ ਪਰ ਗੱਲ ਇੱਕ ਇਹ ਵੀ ਆ ਵੀ ਤੁਸੀਂ ਆਪ ਪੈਟ ਲਵਰ ਹੋ ਤੇ ਤੁਹਾਨੂੰ ਕਾਫੀ ਗੱਲਾਂ ਪਤਾ ਸੀ ਜਿਹੜੀਆਂ ਮੈਨੂੰ ਅੱਜ ਪੁੱਛੀਆਂ ਨੇ, ਤੇ ਮੈਂ ਤੁਹਾਡੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ, ਸਟੇ ਸੇਫ, ਸਟੇ ਹੋਮ। ਥੈਂਕ ਯੂ, ਥੈਂਕ ਯੂ, ਥੈਂਕ ਯੂ।